ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਕਰੂ ਸਬਸਕ੍ਰਾਈਬ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਜੀ ਕਰਨੇਗੇ ਸਾਡੇ ਚੈਨਲ ਨੂੰ ਕਰੂ ਸਬਸਕ੍ਰਾਈਬ ਅੱਜ ਦੀ ਬਹੁਤ ਜੁਰੀ ਅਪਡੇਟ ਤੋਂ ਡਿਸਕਸ ਕਰ ਰਹੇ ਆ ਲੈਚਲ ਦੇ ਤੰਡੂ ਸਪੈਸ਼ਲੀ ਅਪਡੇਟ ਦੇ ਰਿਗਾਰਡਿੰਗ ਸਾਰਾ ਤੋਂ ਡਿਸਕਸ ਕਰਾਂਗੇ ਤਾਂ ਬਹੁਤ ਸਾਰੇ ਸਟੂਡੈਂਟਾਂ ਦੇ ਅੱਜ ਦੇ ਡਾਊਟ ਕਲੀਅਰ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਗਾਰਡਿੰਗ ਅਪਡੇਟ ਹੈ ਪਹਿਲਾ ਤੁਸੀਂ ਸਕਰੀਨ ਤੇ ਸ਼ੋ ਹੋ ਰਿਹਾ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਯੂਪੀ ਦੀ ਦਸੰਬਰ ਐਗਜ਼ਾਮੀਨੇਸ਼ਨ 2021 ਆਨਲਾਈਨ ਔਰ ਆਨਲਾਈਨ ਔਰ ਆਫਲਾਈਨ ਮੋਡ ਦੇ ਥਰੂ ਰਿਗਾਰਡਿੰਗ ਇਹ ਅਪਡੇਟ ਆ ਤਾਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹ ਅਪਡੇਟ ਆਪਣੇ ਨੋਟੀਫਿਕੇਸ਼ਨ ਦੇ ਜਾਰੀ ਥਰੂ ਇਹੇ ਕੀਤੀ ਹੈ ਦੇਖ ਸਕਦੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਫ਼ਤਰ ਡੀਨ ਦੇ ਵੱਲੋਂ ਇੱਕ ਮਿਤੀ ਹੈ 22 11 2021 ਤਾਂ 22 11 ਦੀ ਹੈ ਇਹਨਾਂ ਨੇ ਇਹੀ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੈ ਪੰਜਾਬੀ ਯੂਨੀਵਰਸਿਟੀ ਕੈਂਪਸ ਸਮੂਹ ਅਧਿਆਪਨ ਖੋਜ ਵਿਭਾਗ ਕੈਂਪਸ ਰੀਜਨਲ ਸੈਂਟਰ ਜਿੰਨੇ ਵੀ ਇਹਦੇ ਅੰਡਰ ਆਉਂਦੇ ਨੇ ਪ੍ਰਿੰਸੀਪਲ ਸਾਹਿਬ ਨੂੰ ਸੂਚਿਤ ਕੀਤਾ ਜਾਂਦਾ ਹੈ ਦੇਖੋ ਕੋਈ ਵੀ ਕਾਲਜ ਹੋਵੇ ਜਾਂ ਫਿਰ ਯੂਨੀਵਰਸਿਟੀ ਹੋਵੇ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਹੁੰਦਾ ਹੋਵੇ ਜਾਂ ਰੀਜਨਲ ਸੈਂਟਰ ਹੋਵੇ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਤੰਬਰ ਅਂਡ ਜਨਵਰੀ ਦੇਖੋ ਸਤੰਬਰ ਤੇ ਜਨਵਰੀ ਤੱਕ ਪੇਪਰ ਚਲੇ ਜਾਂਦੇ ਨੇ ਬਹੁਤ ਸਾਰੀ ਸਟੂਡੈਂਟਾਂ ਦੇ 2021 ਬਾਈ ਐਗਜ਼ਾਮੀਨੇਸ਼ਨ ਦੀ ਗੱਲ ਕਰੀਏ ਜੀਆਂ ਪ੍ਰੀਖਿਆਵਾਂ ਆਫਲਾਈਨ ਮੂਡ ਰਾਹੀਂ ਹੋਣਗੀਆਂ ਤੇ ਇਹਦੇ ਵਿੱਚ ਕੀ ਮੈਂਸ਼ਨ ਹੈ ਕਿ ਐਗਜ਼ਾਮ ਜਿਹੜੇ ਹੋਣਗੇ ਆਫਲਾਈਨ ਮੂਡ ਹੋਣਗੇ ਦਸੰਬਰ ਐਗਜ਼ਾਮੀਨੇਸ਼ਨ 2021 ਕਿਸ ਦੇ ਥਰੂ ਹੋਣਗੇ ਆਫਲਾਈਨ ਮੂਡ ਦੇ ਥਰੂ ਠੀਕ ਹੈ ਜੀ ਸਟੂਡੈਂਟ ਫਿਰ ਤੋਂ ਧਿਆਨ ਦੇਣ ਆਫਲਾਈਨ ਮੂਡ ਦੇ ਥਰੂ ਹੋ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਗਜ਼ਾਮ ਕਿਸੇ ਵੀ ਵਿਭਾਗ ਕਾਲਜ ਦੇ ਮੁਖੀ ਇਨਚਾਰਜ ਪ੍ਰਿੰਸੀਪਲ ਸਾਹਿਬਾਨ ਬਲੋ ਪ੍ਰੀਖਿਆਵਾਂ ਆਨਲਾਈਨ ਮਤਲਬ ਆਨਲਾਈਨ ਲੈਣ ਦਾ ਕੋਈ ਵੀ ਮੋਟਿਵ ਨਹੀਂ ਹੈ ਮੋਡ ਵਿੱਚ ਕਰਵਾਉਣ ਬਾਰੇ ਅਰਖਾਸਤ ਨਾ ਭੇਜੀ ਜਾਵੇ ਦੇਖੋ ਜੀ ਇਹਨਾਂ ਨੇ ਕਿਹਾ ਵੀ ਕੋਈ ਵੀ ਕਿਸੇ ਵੀ ਕਾਲਜ ਦਾ ਆਨਲਾਈਨ ਪ੍ਰੀਖਿਆ ਬਾਰੇ ਸਾਨੂੰ ਕੋਈ ਵੀ ਇਦਾਂ ਦਾ ਦਰਖਾਸਤ ਨਾ ਭੇਜੀ ਜਾਵੇ ਕਿਉਂਕਿ ਐਗਜ਼ਾਮੀਨੇਸ਼ਨ ਜਿਹੜੇ ਹੋਣਗੇ ਪਹਿਲਾਂ ਅਸੀਂ ਦੱਸ ਚੁੱਕੇ ਹਾਂ ਆਫਲਾਈਨ ਮੋਡ ਥਰੂ ਹੋਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਐਗਜ਼ਾਮੀਨੇਸ਼ਨ ਕਰਵਾ ਰਹੀ ਆ ਆਫਲਾਈਨ ਮੋਡ ਦੇ ਵਿੱਚ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਫੀ ਟਾਈਮ ਤੋਂ ਓਪਨ ਹੈ ਤੇ ਐਗਜ਼ਾਮੀਨੇਸ਼ਨ ਜਿਹੜੇ ਕਿ ਆਫਲਾਈਨ ਹੋਣਗੇ ਕਲਾਸਾਂ ਵੀ ਉਹਨਾਂ ਦੀਆਂ ਆਫਲਾਈਨ ਚੱਲ ਨਹੀਂ ਆ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦੇ ਐਗਜ਼ਾਮੀਨੇਸ਼ਨ ਆਫਲਾਈਨ ਹੋਣਗੇ ਤੇ ਦੂਸਰੀ ਗੱਲ ਇਹ ਆ ਕਿ ਚਾਹੇ ਉਹ ਡਿਸਟੈਂਸ ਦੇਖੋ ਜੀ ਡਿਸਟੈਂਸ ਐਜੂਕੇਸ਼ਨ ਦੇ ਸਟੂਡੈਂਟ ਹੋਣ ਚਾਹੇ ਉਹ ਰੈਗੂਲਰ ਸਟੂਡੈਂਟ ਹੋਣ ਠੀਕ ਹੈ ਜੀ ਰੈਗੂਲਰ ਸਟੂਡੈਂਟ ਹੋਣ ਜਾਂ ਫਿਰ ਉਹ ਐਡੀਸ਼ਨ ਪੇਪਰ ਦਿੰਦੇ ਹੋ ਠੀਕ ਹੈ ਜੀ ਉਹਨਾਂ ਦੇ ਰਿਗਾਰਡਿੰਗ ਬਹੁਤ ਜ਼ਰੂਰੀ ਅਪਡੇਟ ਸੀ ਜੋ ਡਿਸਕਸ ਕੀਤੀ ਹੈ ਨੰਦੇ ਐਗਜ਼ਾਮੀਨੇਸ਼ਨ ਕਿਸ ਤਰ੍ਹਾਂ ਹੋਣਗੇ ਆਫਲਾਈਨ ਹੋਣਗੇ ਆਨਲਾਈਨ ਦਾ ਕੋਈ ਵੀ ਪ੍ਰੋਸੈਸ ਨਹੀਂ ਹੈ ਪਹਿਲਾਂ ਹੀ ਡੀਨ ਨੇ ਇੱਥੇ ਸਾਈਨ ਕੀਤਾ ਹੈ ਸਾਈਨ ਦੇ ਵਿੱਚ ਹੈ 22 ਤਰੀਕ ਦਾ ਆਇਆ ਹੈ ਦੇਖੋ ਡਾਇਰੈਕਟ ਇਹਨਾਂ ਨੇ ਸਾਰੇ ਇਹ ਲੈਟਰ ਜਿਹੜਾ ਕਿ ਫਾਰਵਰਡ ਕੀਤਾ ਹੈ ਤੇ ਪਹਿਲਾਂ ਹੀ ਦੱਸ ਦਿੰਦੇ ਆ ਕਿ ਬਹੁਤ ਸਾਰੇ ਸਟੂਡੈਂਟਾਂ ਦੇ ਡਾਊਟ ਸੀਗੇ ਐਗਜ਼ਾਮ ਆਨਲਾਈਨ ਹੋਣਗੇ ਦਾ ਮਤਲਬ ਹੈ ਤੁਸੀਂ ਆਪਣੀ ਪ੍ਰੈਪਰੇਸ਼ਨ ਕਰਦੇ ਰਹੋ ਤੇ ਐਗਜ਼ਾਮੀਨੇਸ਼ਨ ਦੀ ਜਿਹੜੇ ਕਿ ਨੈਕਸਟ ਐਗਜ਼ਾਮੀਨੇਸ਼ਨ ਆ ਦਸੰਬਰ ਦੇ ਉਹਨਾਂ ਦੀ ਤੁਸੀਂ ਤਿਆਰੀ ਕਰੋ ਤਾਂ ਤੁਸੀਂ ਪ੍ਰੋਪਰਲੀ ਦੇ ਸਕੋ ਐਗਜ਼ਾਮ ਐਗਜ਼ਾਮ ਜਿਹੜੇ ਕਿ ਆਫਲਾਈਨ ਹੋਣਗੇ ਉਹ ਦੇ ਸਕੋ ਤੁਸੀਂ ਐਗਜ਼ਾਮ ਕੰਡਕਟ ਕਰ ਰਹੀ ਹੈ ਯੂਨੀਵਰਸਿਟੀ ਕਿਸ ਮੋਡ ਦੇ ਥਰੂ ਫਿਰ ਤੁਹਾਨੂੰ ਦੱਸਣਾ ਚਾਹੁੰਦੇ ਆ ਆਫਲਾਈਨ ਦੇ ਮੋਡ ਦੇ ਥਰੂ ਐਗਜ਼ਾਮੀਨੇਸ਼ਨ ਜਿਹੜੀ ਕਿ ਯੂਨੀਵਰਸਿਟੀ ਕੰਡਕਟ ਕਰ ਰਹੀ ਹੈ ਤਾਂ ਆਪਣੇ ਆਪ ਨੂੰ ਪ੍ਰਪੇਅਰ ਕਰੋ ਜਿੰਨੇ ਵੀ ਸਟੂਡੈਂਟ ਇਸ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਇਹ ਰਿਕਵੈਸਟ ਹੈ ਕਿ ਆਪਣੇ ਐਗਜ਼ਾਮੀਨੇਸ਼ਨ ਜਿਹੜੇ ਆਫਲਾਈਨ ਆ ਤੁਹਾਨੂੰ ਜਲਦੀ ਜਲਦੀ ਆਫਲਾਈਨ ਦੇ ਥਰੂ ਆਪਣੀ ਤਿਆਰੀ ਕਰਨ ਜੇਕਰ ਕਿਸੇ ਨੂੰ ਕੋਈ ਵੀ ਡਾਊਟ ਹੈ ਸਟੂਡੈਂਟ ਨੂੰ ਸਾਡੇ ਨਾਲ ਸ਼ੇਅਰ ਕਰ ਸਕਦਾ ਹੈ ਜੀਵੀ ਸਟੇਸ਼ਨ ਜੀ ਜੀਵੀ ਸਟੇਸ਼ਨ ਇੰਸਟਾਗ੍ਰਾਮ ਅਕਾਊਂਟ ਤੇ ਜਾਂ ਫਿਰ ਸਾਨੂੰ ਇਸ ਵੀਡੀਓ ਤੇ ਕਮੈਂਟ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਕੋਈ ਵੀ ਡਾਊਟ ਹੋਵੇ ਸਾਡੇ ਨਾਲ ਸ਼ੇਅਰ ਜਰੂਰ ਕਰਿਓ